ਜਨਮਦਿਹਾੜਾ ਇਹ ਬਾਬਾ ਜੀ ਦਾ ਜਨਮਦਿਹਾੜਾ ਮਨਾਇਆ ਜਾਂਦਾ ਜੀ ਸਾਡਾ ਇਹ ਮੋਤੀ ਰਾਮ ਨਾਗ ਪੈਰੀ ਵਾਲੀ ਗਲੀ ਦੇ ਵਿੱਚ ਜਿਹੜਾ ਖੂਹ ਹੈ ਜੀ ਉਹਦੇ ਉੱਤੇ ਰਾਜਾ ਜੀ ਦਾ ਵਿਸਰਜਨ ਕੀਤਾ ਹੋਇਆ ਮੂਰਤੀ ਸਥਾਪਨਾ ਜੀ ਇਹ ਬਾਬਾ ਜੀ ਦਾ ਛੇਵਾਂ ਵਿਸ਼ਾਲ ਜਾ ਬੇੜਾ ਜਿਹੜਾ ਹੈਗਾ ਜੀ ਅਸੀਂ ਲੈ ਕੇ ਚੱਲੇ ਹਾਂ ਇਹ ਸੰਗਰੂਰ ਤੋਂ ਧੂਰੀ ਹੁੰਦੇ ਹੋਏ ਬੱਬਣਪੁਰ ਦੇ ਨਹਿਰ ਦੇ ਉੱਤੇ ਜਾ ਕੇ ਜੀ ਵਿਸਰਜਨ ਕਰਦੇ ਹਾਂ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਹਾਂ ਇਹ ਸਮੂਹ ਸਾਧ ਸੰਗਤ ਅਤੇ ਮੈਂਬਰਾਂ ਦੇ ਨਾਲ ਮਨਾਇਆ ਜਾਂਦਾ ਜੀ ਆਪ ਸਾਰੀ ਸੰਗਤੀ ਸੰਗਤ ਨੂੰ ਪੁਰਜ਼ੋਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਵੱਧੋ ਵੱਧ ਸਹਿਯੋਗ ਦਿਓ ਤਾਂ ਕਿ ਅਸੀਂ ਜੋ ਅਗਲੇ ਸਾਲ ਵਾਲਾ ਬਾਬਾ ਜੀ ਦਾ ਜਨਮ ਦਿਹਾੜਾ ਸ਼੍ਰੀ ਖਵਾਜਾ ਜੀ ਸ਼੍ਰੀ ਝੂਲੇ ਲਾਲ ਜੀ ਸ਼੍ਰੀ ਵਰੁਣ ਦੇਵਤਾ ਜੀ ਰੂਪ ਏਕ ਨਾਮ ਅਨੇਕ ਦੇ ਨਾਲ ਬਾਬਾ ਜੀ ਦੇ ਇੱਕ ਨੇਕ ਰੂਪ ਨੇ ਪਰ ਨਾਮ ਏਕ ਆ ਇਸ ਕਰਕੇ ਜੀ ਤੁਹਾਨੂੰ ਬੇਨਤੀ ਕਰਦੇ ਹਾਂ ਜੋ ਬਾਬਾ ਜੀ ਦਾ ਜਨਮ ਦਿਹਾੜਾ ਅੱਜ ਅਸੀਂ ਅਤੇ ਮੂਰਤੀ ਸਥਾਪਨਾ ਦੇ ਉੱਤੇ ਛੇਵਾਂ ਬਾਬਾ ਜੀ ਦਾ ਬੇੜਾ ਵਿਸਰਜਨ ਕਰਨ ਵਾਸਤੇ ਸੰਗਰੂਰ ਤੋਂ ਧੂਰੀ ਹੁੰਦੇ ਹੋਏ ਬੱਬਣ ਕੋਟੀ ਨਹਿਰ 'ਤੇ ਜਾਂਦੇ ਹਾਂ ਉੱਥੇ ਗੁਰੂ ਕਿਰਪਾ ਦੀ ਮਿਹਰ ਸਦਕਾ ਅਨੁਸਾਰ ਦਹੀਂ ਬੜੇ ਦਾ ਲੰਗਰ ਚਲ ਜੀਵੇ ਦਾ ਲੰਗਰ ਪਾਣੀ ਦਾ ਲੰਗਰ ਅਤੇ ਦੇਸੀ ਘਿਓ ਦਾ ਲੰਗਰ ਸੰਗਤਾਂ ਵਾਸਤੇ ਲਗਾਇਆ ਜਾਂਦਾ ਜੋ ਦੂਰੋਂ ਨੇੜੀਆਂ ਸੰਗਤਾਂ ਸਾਡੇ ਦਰਮਿਆਨ ਆਈਆਂ ਨੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਵੱਧ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇਵੋ ਅਤੇ ਬਾਬਾ ਜੀ ਦਾ ਜੋ ਸ਼ੋਭਾ ਯਾਤਰਾ ਅਸੀਂ ਲੈ ਕੇ ਜਾਂਦੇ ਹਾਂ ਇਹਦੀ ਸ਼ੋਭਾ ਨੂੰ ਬੜਾਓ ਇੰਨਾ ਕੁਝ ਕਹਿੰਦਾ ਹੋਇਆ ਮੈਂ ਨਾਰਾ ਲਾਉਣਾ ਹਾਂ ਜੈਕਾਰਾ ਖਵਾਜਾ ਜੀ ਦਾ।